ਮੁਗਤ ਸਰਦਾ ਪ੍ਰਾਣਾਨਾ ਖਿਦਰਾ ਨੇ ਦੀ ਟਾਬ ਦੱਸਿਆ ਜਾਂਦਾ ਹੈ ਦਸਵੇਂ ਪਾਤਸ਼ਾਹ ਸਹਾਇਬ ਸ਼ਿਨਗੁਰੂ ਗੋਵਿੰਦ ਸੰਗ ਜੀ ਨੂੰ ਮੁਗਲਾਂ ਨਾਲ ਅਨੇਕਾਂ ਜੰਗਾਂ ਲੜਨੀਆਂ ਪਈਆਂ ਜਦੋਂ ਸਾਈਬ ਸ਼ਿਰੀ ਗੁਰ ਗੋਬਿੰਦ ਸਿੰਘ ਜੀ ਨੇ ਖਦਾਣੇ ਦੀ ਢਾਬਾ ਵਿੱਚ ਡੇਰੇ ਲਾਇਆ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਮੁਗਲ ਫੌਜਾਂ ਨੇ ਖਦਾਣੇ ਦੀ ਢਾਬ ਨੂੰ ਆ ਘੇਰਿਆ ਅਤੇ ਇੱਥੇ ਸਿੱਖ ਮੁਸਲਮਾਨਾਂ ਵਿਚਕਾਰ ਭਿਆੰਕਰ ਜੰਗ ਹੋਈ ਇਸ ਲੜਾਈ ਵਿੱਚ ਮਾਝੇ ਦੇ ਉਹ 40 ਸਿੱਖ ਜਿਹੜੇ ਆਨੰਦਪੁਰੇ ਦੇ ਅਕੇਲੇ ਬੰਦੀ ਦੀ ਘੇਰਾ ਬੰਦੀ ਸਮੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਵਾ ਦੇ ਕੇ ਉਹਨਾਂ ਦਾ ਸਾਥ ਛੱਡ ਕੇ ਆਏ ਸਨ ਇਸ ਜੰਗ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਟੁੱਟੀ ਗੰਢਨ ਹਰ ਗੋਪਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਦੀ ਲਾਸਾਨੀ ਸ਼ਹੀਦੀ ਤੋਂ ਪ੍ਰਾਪਤ ਹੋ ਕੇ ਉਹਨਾਂ ਨੂੰ 40 ਮੁਕਤੀਆਂ ਦਾ ਵਰ ਦਿੱਤਾ ਜੈਸ ਕਾਰਨ ਖਿਦਰਾਣੇ ਦੀ ਢਾਬ ਦਾ ਨਾਮ ਮੁਖਤਸਰ ਸਾਹਿਬ ਪੈ ਗਿਆ ਇਨ੍ਹਾਂ 40 ਸਿੰਘਾਂ ਦੀ ਸ਼ਹੀਦੀ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸ਼ੋਭਤ ਹੈ ਇਨ੍ਹਾਂ ਦੀ ਯਾਦ ਵਿੱਚ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤਾਂ ਉਹਨਾਂ ਸੂਰਬੀਰ ਜੋਧਿਆਂ ਨੂੰ ਸ਼ਰਧਾਂਜਲੀ ਭੇਟ ਕਰਨ ਆਉਂਦੀਆਂ ਹਨ ਇਥੋਂ ਤੱਕ ਕਿ ਹਰ ਸਿੱਖ ਇਹਨਾਂ 40 ਮੁਕਤੀਆਂ ਨੂੰ ਦਿਨ ਵਿੱਚ ਆਪਣੀ ਰੋਜ਼ਾਨਾ ਅਰਦਾਸ ਵਿੱਚ ਘੱਟ ਤੋਂ ਘੱਟ ਦੋ ਵਾਰ ਯਾਦ ਕਰਦਾ ਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ